ਪੰਜਾਬੀ ਸਿਨੇਮਾ ਵਿੱਚ ਕੀਤੇ ਗਏ ਬਹੁਤ ਸਾਰੇ ਐਕਸਪੈਰੀਮੈਂਟਸ ਵਿੱਚੋਂ ਇੱਕ ਸੀ ਚੱਲ ਮੇਰਾ ਪੁੱਤ, ਜਿਸ ਵਿੱਚ ਇੰਡੀਆ ਅਤੇ ਪਾਕਿਸਤਾਨ ਦੇ ਆਰਟਿਸਟ ਨੇ ਇਕੱਠਿਆਂ ਕੰਮ ਕੀਤਾ ਸੀ ਕਿਉਂਕਿ ਇਹਨਾਂ ਦੀ ਜ਼ੁਬਾਨ ਵੀ ਇੱਕ ਹੀ ਹੈ। ਚੱਲ ਮੇਰਾ ਪੁੱਤ ਫਿਲਮ ਨੇ ਇੰਨਾ ਪਿਆਰ ਬਟੋਰਿਆ ਕਿ ਹੁਣ ਇਸ ਦਾ ਸੀਕੁਲ ਸਾਹਮਣੇ ਆਉਣ ਲਈ ਤਿਆਰ ਹੈ। ਚੱਲ ਮੇਰਾ ਪੁੱਤ 2 ਫਿਲਮ ਜਲਦ ਹੀ ਸਿਨੇਮਾਘਰਾਂ ਵਿੱਚ ਦੇਖਣ ਨੂੰ ਮਿਲੇਗੀ। ਤੁਹਾਨੂੰ ਦੱਸ ਦਈਏ ਕਿ ਇਸ ਫਿਲਮ ਦੀ ਸ਼ੂਟਿੰਗ UK ਦੇ ਵਿੱਚ ਸ਼ੁਰੂ ਹੋ ਚੁੱਕੀ ਹੈ। ਇਸ ਫਿਲਮ ਦੀ ਸਟਾਰਕਾਸਟ ਵੀ ਬਿਲਕੁਲ ਸੇਮ ਹੈ, ਜਿਹਦੇ 'ਚ ਸਾਨੂੰ ਅਮਰਿੰਦਰ ਗਿੱਲ, ਸਿੰਮੀ ਚਹਿਲ, ਗੁਰਸ਼ਬਦ, ਹਰਦੀਪ ਗਿੱਲ, ਨਾਸੀਰ ਚਨਿਓਤੀ, ਇਫਤਿਕਾਰ ਠਾਕੁਰ, ਅਕਰਮ ਉਦਾਸ ਦੇਖਣ ਨੂੰ ਮਿਲਣਗੇ। ਰਿਨਮ ਬੋਇਜ਼ ਐਂਟਰਟੇਨਮੈਂਟ ਦੀ ਪ੍ਰਸਤੁਤ ਕੀਤੀ ਇਸ ਫਿਲਮ ਦੀ ਟੀਮ ਹੋਰ ਡਿਟੇਲਸ ਵੀ ਜਲਦ ਹੀ ਸ਼ੇਅਰ ਕਰੇਗੀ ਅਤੇ ਉਹ ਅਸੀਂ ਤੁਹਾਡੇ ਸਾਹਮਣੇ ਜ਼ਰੂਰ ਰੱਖਾਂਗੇ। ਤਦ ਤੱਕ ਇਸ ਫਿਲਮ ਦੀ ਅਪਡੇਟਸ ਅਤੇ ਹੋਰਨਾਂ ਫਿਲਮਾਂ ਦੀ ਅਪਡੇਟਸ ਦੇ ਲਈ ਤੁਸੀਂ ਜੁੜੇ ਰਹੋ ਪੰਜਾਬੀ ਗਰੂਵਸ ਦੇ ਨਾਲ।